ਬਠਿੰਡਾ ਤੋਂ ਜਿਹੜੇ ਕੈਂਡੀਡੇਟ ਆ ਉਹਨਾਂ ਨੇ ਅੱਜ ਨੋਮੀਨੇਸ਼ਨ ਕੀਤੀ ਹੈ ਤਾਂ ਉਹਨਾਂ ਨੂੰ ਸਪੋਰਟ ਦਾ ਭਰੋਸਾ ਦੇਣ ਲਈ ਅਸੀਂ ਪਹੁੰਚੇ। ਇਨਸਾਫ ਦੀ ਗੱਲ ਬਾਰ ਬਾਰ ਚੱਕ ਰਿਹਾ ਮੂਸੇ ਵਾਲੇ ਕਿ ਇਨਸਾਫ ਨਹੀਂ ਹੋ ਰਿਹਾ, ਪਾਰਲੀਮੈਂਟ 'ਚ ਗੱਲ ਹੋਣੀ ਚਾਹੀਦੀ ਹੈ। ਹਾਂਜੀ, ਇਨਸਾਫ ਤਾਂ ਜਦੋਂ ਮਿਲ ਹੀ ਨਹੀਂ ਰਿਹਾ ਜੀ। ਮੈਂ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕੇ ਹਟਿਆ ਵੀ 2 ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਖੁਸ਼ੀ ਹੋਈ ਹੈ ਵੀ ਮੇਰੇ ਕੇਸ ਦੇ ਵਿੱਚ 4 ਫਰੇਮ ਹੋ ਗਏ। ਮੈਨੂੰ ਇਸ ਤਰ੍ਹਾਂ ਲੱਗਿਆ ਵੀ ਬਹੁਤ ਵੱਡੀ ਗੱਲ ਹੋ ਗਈ, ਨਹੀਂ ਤਾਂ ਇਸ ਮੈਂ ਇੰਨਾ ਨਿਰਾਸ਼ ਸੀ ਇਸ ਗੱਲ ਤੋਂ ਲੈ ਕੇ ਵੀ 27 ਦੋਸ਼ੀ ਆਈ ਵਾਰ ਇੱਕ ਅੱਧੀ ਐਪਲੀਕੇਸ਼ਨ ਕੋਈ ਲਾ ਦਿੰਦਾ ਇੱਧਰ, ਇੰਨਾ ਅਦਾਲਤ ਦਾ ਸਮਾਂ ਜਾਇਆ ਕਰ ਰਹੇ ਨੇ ਉਹ, ਤਾਂ ਕੇਸ ਲਟਕਦਾ ਲਟਕਦਾ 2 ਸਾਲ ਲੰਘ ਗਏ, 24 ਮਹੀਨਿਆਂ ਬਾਅਦ 4 ਫਰੇਮ ਹੋਏ ਆ ਅਤੇ ਇਸ 20 ਤੋਂ ਐਵੀਡੈਂਸ ਸਟਾਰਟ ਹੋ ਜਾਣੀ ਹੈ। ਸ਼ੁਕਰ ਹੈ ਪਰਮਾਤਮਾ ਦਾ। ਸਰ, ਸਿੱਧੂ ਦੇ ਸਮਰਥਕ ਚਾਹੁੰਦੇ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾ ਤੁਰੋ, ਪਰ ਅੱਜ ਤੁਸੀਂ ਇੱਥੇ ਵੀ ਆਏ ਹੋ, ਘਰੇ ਵੀ ਤੁਹਾਡੇ ਸਿੱਧੂ ਸਾਹਿਬ ਗਏ ਸੀ, ਕਿ ਸਮਰਥਕ ਇਸ ਵੱਲੋਂ ਖੁਸ਼ ਹੋ? ਮੈਂ ਕਿਹਾ ਸੀ ਇਹ ਗੱਲ ਸਮਰਥਕ ਦੇ ਜਿਹੜੇ ਸੋਸ਼ਲ ਮੀਡੀਆ 'ਤੇ ਪੈਂਦੇ ਵੀ ਕਿਸੇ ਵੀ ਪਾਰਟੀ ਨਾਲ ਨਾ ਤੁਰਿਆ ਜਾਵੇ, ਕਿਉਂਕਿ ਨਹੀਂ ਬੇਟਾ ਦੇਖੋ 1.7 ਤਾਂ ਮੈਨੂੰ ਇੰਸਟਾ ਦੇ ਉੱਤੇ ਫੋਲੋ ਕਰਦੇ ਆ, ਹੈ ਨਾ, ਫੇਸਬੁੱਕ 'ਤੇ ਵੀ ਹੈ, ਟਵਿੱਟਰ 'ਤੇ ਵੀ ਹੈ, ਪਰੰਤੂ ਮੈਨੂੰ ਸਿੱਧੇ ਤੌਰ 'ਤੇ ਤਾਂ ਹਾਲੇ ਕਿਸੇ ਬੱਚੇ ਨੇ ਇਹ ਗੱਲ ਨਹੀਂ ਕਹੀ ਵੀ ਤੁਹਾਨੂੰ ਪਾਪਾ ਨਹੀਂ ਇਸ ਪਾਸੇ ਜਾਣਾ ਚਾਹੀਦਾ ਸੀ, ਪਰੰਤੂ ਠੀਕ ਹੈ ਇਸ ਮੇਰੇ ਨਾਲ ਜਿਹੜੇ ਜਿੰਨੇ ਸਾਡੇ ਚਾਹੁਣ ਜੁੜੇ ਉਹ ਹਰ ਵਰਗ ਹਰ ਧਰਮ ਹਰ ਜਾਤ ਨਾਲ ਜੁੜੇ ਹੋਏ ਨੇ, ਉਹ ਕਿਸੇ ਦੇ ਵਿਚਾਰ ਵੱਖ ਹੋ ਸਕਦੇ ਆ, ਪਰੰਤੂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਾਧਿਅਮ ਨਾਲ ਦਿਵਾਉਣਾ ਚਾਹੁੰਦਾ, ਮੈਂ ਤੁਸੀਂ ਮੇਰੇ 'ਤੇ ਵਿਸ਼ਵਾਸ ਰੱਖਿਓ, ਮੈਂ ਉਹਨਾਂ ਵਿਕਣ ਵਾਲਿਆਂ 'ਚੋਂ ਨਹੀਂ ਹਾਂ, ਪਰੰਤੂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਵੀ ਇੱਥੇ ਜਦੋਂ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਦਰ ਨਹੀਂ ਛੱਡਿਆ, ਮੈਂ ਭਾਜਪਾ ਕੋਲ ਵੀ ਗਿਆ, ਮੈਂ ਆਮ ਆਦਮੀ ਪਾਰਟੀ ਨੂੰ ਤਾਂ ਮਿਲਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਮੇਰੇ ਮੱਥੇ ਹੀ ਨਹੀਂ ਲੱਗੇ, ਪਰੰਤੂ ਮੈਂ ਹਰ ਲੀਡਰ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ, ਤਾਂ ਮੈਂ ਸਾਰੀ ਚੀਜ਼ ਦਾ ਨਿਚੋੜ ਜਿਹਾ ਕੱਢ ਕੇ ਦੇਖਿਆ ਵੀ ਜੇ ਕੋਈ ਗੱਲ ਸਹੀ ਢੰਗ ਨਾਲ ਉੱਥੋਂ ਤੱਕ ਰੱਖੀ ਜਾ ਸਕਦੀ ਹੈ ਤਾਂ ਮੈਨੂੰ ਇੱਥੇ ਥੋੜ੍ਹਾ ਜਿਹਾ ਵਿਸ਼ਵਾਸ ਮੇਰਾ ਵੱਧ ਗਿਆ, ਤਾਂ ਮੈਂ ਇਹਨਾਂ ਨਾਲ ਪਰ ਇੱਥੇ ਮੈਂ ਆਲਰੇਡੀ ਪਹਿਲਾਂ ਵੀ ਹਾਂ ਵੀ 1 ਨੰਬਰ ਤੋਂ, ਅਤੇ ਉਹ ਕੋਈ ਗੱਲ ਹੁੰਦੀ ਤੁਸੀਂ ਮੈਨੂੰ ਪੁੱਛੋ ਵੀ ਮੈਂ ਕਹਿੰਦਾ ਵੀ ਹੁਣ ਤਾਂ ਮੈਂ ਵੱਖ ਹਾਂ, ਕੱਲ੍ਹ ਹੁਣ ਮੈਂ ਇੱਧਰ ਆ ਗਿਆ, ਮੰਨ ਲਓ ਵੀ ਮੈਂ ਯਾਦ ਖੜਾ ਹੋ ਜਾਂਦਾ, ਤਾਂ ਮੈਂ ਕਹਿੰਦਾ ਵੀ ਮੈਂ ਯਾਦ ਖੜਾ, ਵੋਟਾਂ ਮੈਂ ਸਾਰਿਆਂ ਨਹੀਂ ਲੈਣਾ, ਉਸ ਤੋਂ ਮੋਰੋ ਜਿੱਤਣ ਤੋਂ ਬਾਅਦ ਕਹਿੰਦਾ ਹੁਣ ਮੈਂ ਫਲਾਨੀ ਹੈ, ਅਸੀਂ ਕਲੀਅਰ ਲਾਈਨ ਦਾ ਬੰਦਾ, ਮੈਂ ਜਿੱਥੇ ਖੜਾ ਮੈਂ 70-75 ਤੋਂ ਜਦੋਂ ਸਾਡੀ ਸੁਰਤ ਸੰਭਲੀ ਮੈਂ ਕਾਂਗਰਸ ਨੂੰ ਵੋਟ ਕਰਦਾ ਰਿਹਾ ਜੀ, ਹੁਣ ਵੀ ਕਰ ਰਿਹਾ, ਤਾਂ ਮੇਰੇ ਬੇਟੇ ਨੇ ਵੀ ਵਿਧਾਨ ਸਭਾ ਕਾਂਗਰਸ ਦੀ ਸੀਟ ਲੜੀ ਹੈ, ਅਤੇ ਜੇ ਮੈਂ ਕਾਂਗਰਸ ਦੀ ਹਮਾਇਤ ਕਰਤਾ ਮੈਨੂੰ ਤਾਂ ਕਿਤੇ ਗੁਨਾਹ ਵਾਲੀ ਗੱਲ ਜੀ। ਦੇਖੋ ਜੀ, ਹੁਣ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਇਲੈਕਸ਼ਨ ਲੜਨਾ ਨਹੀਂ ਸੀ, ਕਿਉਂਕਿ ਮੇਰੇ ਅੱਗੇ ਜਸਟਿਸ ਹੈ, ਮੈਂ ਜਸਟਿਸ ਨੂੰ ਸਮਾਂ ਤਾਂ ਹੀ ਦੇ ਪਾਊਂਗਾ ਜੇ ਮੈਂ ਫਰੀ ਰਹਿੰਦਾ ਉਸ ਗੱਲ ਤੋਂ। 2 ਦੇ ਉੱਤੇ ਮੇਰੀ ਘਰੇਲੂ ਪੁਜੀਸ਼ਨ ਇੱਦਾਂ ਦੀ ਹੈ, ਛੋਟਾ ਜਿਹਾ ਬੱਚਾ ਹੈ, ਸਾਰੀ ਚੀਜ਼ ਸੰਭਾਲਣੀ ਮੇਰੇ ਲਈ, ਪਹਿਲਾਂ ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸੰਭਾਲੂਗਾ ਫਿਰ ਹੀ ਮੈਂ ਅੱਗੇ ਸਮਾਜ ਬਾਰੇ ਸੋਚ ਸਕਦਾ, ਤਾਂ ਪਹਿਲਾਂ ਮੈਨੂੰ ਆਪਣੇ ਪੈਰਾਂ 'ਤੇ ਖੜਨਾ, ਫਿਰ ਉਸ ਤੋਂ ਬਾਅਦ ਜੇ ਕੋਈ ਜਦੋਂ ਪੋਲੀਟੀਕਲ ਪਾਰਟੀ 'ਚ ਤਾਂ ਮੈਂ ਹੈਗਾ ਹੀ ਹਾਂ, ਇਲੈਕਸ਼ਨ ਲੜਦਾ ਕੋਈ ਮੇਰੇ ਲਈ ਕੋਈ ਅਲੋਕਾਰੀ ਨਵੀਂ ਗੱਲ ਤਾਂ ਹੈ ਨਹੀਂ, ਜੇ ਕੋਈ ਹਾਲਾਤ ਚੰਗੇ ਬਣੇ ਤਾਂ ਹੋ ਸਕਦਾ ਲੜ ਵੀ ਲਈਏ। ਅੱਛਾ, ਤੁਹਾਡੇ ਬੇਟੇ ਜੀ ਨੇ MLA ਦੀ ਚੋਣ ਲੜੀ ਸੀ, ਉਹ ਹਾਰ ਗਏ ਸੀ, ਠੀਕ ਹੈ, ਅਤੇ ਹੁਣ ਜਿਸ ਤਰ੍ਹਾਂ ਸਿੱਧੂ ਸਾਹਿਬ ਖੜ੍ਹੇ ਹੋਏ, ਤੁਸੀਂ ਉਹਨਾਂ ਨੂੰ ਸਮਰਥਨ ਦਿੱਤਾ ਹੈਗਾ, ਤੁਹਾਨੂੰ ਲੱਗਦਾ ਵੀ ਹੁਣ ਲੋਕ ਜਿਹੜੇ ਹੈਗੇ ਖਾਸ ਤੌਰ ਮਾਨਸਾ ਦੇ ਇੱਕ ਬਦਲਾ ਲੈਣਗੇ ਅਤੇ ਵੱਡੀ ਮਾਰਜਨ ਜਿਤਾਣਗੇ ਸਿੱਧੂ ਸਾਹਿਬ ਨਾਲ? ਦੇਖੋ ਬੇਟਾ, ਜਿੱਤ ਹਾਰ ਤਾਂ ਇਹਦਾ ਇੱਕ ਪਾਰਟ ਹੈ ਨਾ, ਉਹ ਤਾਂ ਬਣੀ ਆਈ, ਪਰੰਤੂ ਆਪਾਂ ਤਾਂ ਅਪੀਲ ਕਰ ਸਕਦੇ ਹਾਂ, ਹੈ ਨਾ, ਕੋਈ ਮਤਲਬ ਮੈਂ ਕਿਸੇ ਨੂੰ ਬਾਉਂਡ ਤਾਂ ਨਹੀਂ ਕਰ ਸਕਦਾ, ਮੈਂ ਇਹ ਕਹਿ ਸਕਦਾ ਵੀ ਮੈਨੂੰ ਇਹਨਾਂ ਲੋਕਾਂ ਤੋਂ ਉਮੀਦ ਹੈ, ਤਾਂ ਮੈਂ ਲੋਕਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕਰ ਸਕਦਾ ਵੀ ਜੇ ਤੁਸੀਂ ਮਦਦ ਕਰ ਦੋਗੇ ਤਾਂ ਤੁਹਾਡਾ ਬੜਾ ਥੈਂਕਸ ਹੋਊਗਾ, ਅਦਰਵਾਈਜ਼ ਤੁਹਾਡਾ ਜੋ ਵੀ ਫੈਸਲਾ ਸਿਰ ਪੱਤੇ।